जिथे संगत है गुरु पातशाह जी मिले उ मैं आप वसदा है हाजिर नाजिर बहुत चंगे भाग हैगे ने उन्हां नूं संगत मिलदी हैगी आ। जिदा मैं इंद्री करनाल शहर च रहिंदी आ ते इत्थे हैगियां ने जिहड़े दो तीन मेरे नॉन एच हैगे सी जिहड़े दस्तार दे दात जिन्हां कोल हैगे सी उन्हां नूं देखदे हुंदी सीगी बन्नदे नूं आना सूटां दे नाल दे जिद्दां दस्तारा उन्हां ने पाणियां करनियां ते मैनूं बड़ा चंगा लगदा सीगा सोहणा लगदे सीगे ओह। मैनूं हुंदा सीगा कि मैं वी दस्तार बन्नां पर मैनूं इंपोर्टेंट पता सी मैनूं इक ना दुनियावी देह करके जिवें सिर्फ इन्ना हुंदा सी कि दस्तार वाले कुड़ियां बहुत सोहणियां लगदियां इस करके मैं वी पाणियां बच्चे भी बिगड़ जाते होंगे सारिया ने रोकया सारिया ने कहा पर मेरे पेरेंट्स को हुंदा सीगा कि मैं आपकी कुड़ी चंगे यूनिवर्सिटी तो पढ़ानी हैगी आ थोड़े थोड़े अंदरों भी डरते सीगे सब नूं पता है दिल्ली का माहौल कन्वेंसिंग पावर सब की बहुत ज्यादा होंगी है ना माया ने लैके माया ने लैके हर किसी की कन्वेंसिंग पावर होंगी है तेज ते आपां उन्हूं कैच भी कर लैंदे हैगे आ गल माया ते रिलेटेड जिहड़ी भी गल होंदी बड़ी छेती कैच कर लैंदे आ। मैं दिल्ली गई उत्थे मैं रहिंदी हुंदी सी किसी फैमिली दे नाल हुण ना इत्थे जिद्दां साडे शहर च ना थोड़ी बहुत जिवें संगत हैगी आ 12-15 जिहड़े हैगे आ पर बड़े विचार करदे हुंदे सीगे ਉਦੋਂ ਸਟਾਰਟਿੰਗ ਹੀ ਸੀਗੀ ਆਪਾਂ ਕਰਨੀ ਸਟਾਰਟ ਕੀਤੀ ਸੀ ਗੁਰੂ ਪਾਤਸ਼ਾਹ ਜੀ ਨੇ ਇਕੱਠੀ ਕਰਨੀ ਸੰਗਤ ਜ਼ੂਮ ਮੀਟਿੰਗ ਦੇ ਥਰੂ ਤੇ ਕਰਵਾਣੀ ਕਰਨੀ ਗੁਰਬਾਣੀ ਵਿਚਾਰ ਤੇ ਗੁਰੂ ਪਾਤਸ਼ਾਹ ਜੀ ਨੇ ਤੇ ਮੇਰੇ ਤੋਂ ਵੀ ਸੇਵਾ ਲੈਣੀ ਕਰਨੀ ਕਦੇ ਕਦੇ ਭਾਵੇਂ ਦੁਨਿਆਵੀ ਅਰਥ ਅਖਰੀ ਅਰਥੀ ਕਰਾਉਂਦੇ ਸੀਗੇ ਗੁਰੂ ਪਾਤਸ਼ਾਹ ਜੀ ਪਰ ਕਰਵਾਉਂਦੇ ਸੀਗੇ ਤੇ ਮੈਂ ਰਹਿੰਦੀ ਹੁੰਦੀ ਸੀਗੀ ਬ੍ਰਾਹਮਣ ਫੈਮਿਲੀ ਦੇ ਨਾਲ ਤੇ ਜਦੋਂ ਮੈਂ ਗੁਰਬਾਣੀ ਵਿਚਾਰ ਕਰਨੀ ਤਾਂ ਉਹਨਾਂ ਨੇ ਮੈਨੂੰ 100 ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਤੂੰ ਤੇ ਸਿਰਫ ਗਿਆਨ ਬਾਟ ਪੜਾਤਾ ਹੈ ਮੇਰਾ ਇਹ ਹੁੰਦਾ ਸੀਗਾ ਮੈਨੂੰ ਸਿਰਫ ਪੜ੍ਹਾਈ ਤੇ ਮੈਨੂੰ ਗੁਰਬਾਣੀ ਵਿਚਾਰ ਤੇ ਸਿਮਰਨ ਇਹ 3-4 ਚੀਜ਼ਾਂ ਨਾਲ ਮੈਨੂੰ ਮਤਲਬ ਹੁੰਦਾ ਸੀ ਮੈਨੂੰ ਹੋਰ ਕਿਸੇ ਤੋਂ ਵੀ ਮਤਲਬ ਹੁੰਦਾ ਸੀਗਾ ਹੋਰ ਕਿਸੇ ਤਰੀਕੇ ਦੀ ਗੋਸਿਪ ਦੇ ਨਾਲ ਵੀ ਮਤਲਬ ਹੁੰਦਾ ਸੀ ਉਹ ਜੋ ਕਰ ਰਿਹਾ ਸੀ ਮੈਨੂੰ ਕੋਈ ਮਤਲਬ ਨਹੀਂ ਮੈਂ ਆਪਣਾ ਕਮਰੇ 'ਚ ਬੈਠੇ ਰਹਿਣਾ ਮੈਂ ਆਪਣਾ ਕੰਮ ਕਰਦੇ ਰਹਿਣਾ ਜਾਂ ਗੁਰਬਾਣੀ ਵਿਚਾਰ ਕਰਦੇ ਰਹਿਣਾ ਜਾਂ ਸ਼ੋਰ ਆ ਰਿਹਾ ਸੀ ਤਾਂ ਮੈਂ ਬਾਹਰ ਚੱਲ ਕੇ ਕਰ ਜਾਣਾ ਤੇ ਉਹਨਾਂ ਨੂੰ ਥੋੜੀ ਖੁੰਦਕਾਲ ਲੱਗ ਗਈ ਵੀ ਕੰਮ ਦੇ ਟਾਈਮ ਤੇ ਜਿੱਦਾਂ ਗੁਰਬਾਣੀ ਵਿਚਾਰ ਆਪਣਾ ਚੱਲਦੀ ਰਹਿੰਦੀ ਹੈਗੀ ਆ ਕੁਛ ਹੋਰ ਨਹੀਂ ਕਰਦੀ ਹੈਗੀ ਆਪਣਾ ਫੋਨ ਤੇ ਲੱਗੀ ਰਹਿੰਦੀ ਹੈਗੀ ਆ ਜ਼ੂਮ ਮੀਟਿੰਗ ਦੇ ਥਰੂ ਹਨਾ ਉਹਨਾਂ ਨੂੰ ਖੁੰਦਕਾਲ ਲੱਗੇ ਉਹਨਾਂ ਨੇ ਕਹਿਣਾ ਤੂੰ ਸਿਰਫ ਗਿਆਨ ਬਾਟਦੀ ਰਹਿੰਦੀ ਹੈ ਤੁਝੇ ਕੁਛ ਪਤਾ ਹੀ ਨਹੀਂ ਹੈ ਤੁਝੇ ਆਪਣੀ ਰਿਸਪੋਂਸੀਬਿਲਿਟੀਜ਼ ਨਹੀਂ ਪਤਾ ਤੁਝੇ ਜੋ ਯਹਾਂ ਪੇ ਕਰਨੇ ਆਈ ਹੈ ਤੂੰ ਪੜ੍ਹਾਈ ਲਿਖਾਈ ਨਹੀਂ ਕਰਤੀ ਤੂੰ ਯਹੀ ਸਭ ਕੰਮ ਮੇਂ ਲੱਗੀ ਰਹਿਤੀ ਹੈ ਤੂੰ ਆਪਣਾ ਮੈਡੀਟੇਟ ਕਰਤੀ ਰਹਿਤੀ ਹੈ ਹਨਾ ਆਪਾਂ ਜਿਵੇਂ ਸਵੇਰੇ ਉੱਠਦੇ ਹੈਗੇ ਮਾਰਨਿੰਗ ਵੇਲੇ ਦੀ ਸੈਟਿੰਗ ਲਗਾਉਂਦੇ ਹੈਗੇ ਆ ਫਿਰ ਪਾਤਸ਼ਾਹ ਜੀ ਨੇ ਮੇਰੇ ਤੋਂ ਲਗਵਾਉਣੀ ਹੁੰਦੀ ਸੀਗੀ 2 ਤੋਂ ਲੈ ਕੇ 6 ਵਜੇ ਤੱਕ ਜਾਂ 7 ਵਜੇ ਤੱਕ ਤੇ ਉਦੋਂ ਬਾਅਦ ਮੈਂ ਨਾ ਘੰਟਾ 2 ਜਿਵੇਂ ਨੀਂਦਰ ਆ ਜਾਂਦੀ ਹੈ ਘੰਟਾ 2 ਸੋ ਜਾਂਦੀ ਹੁੰਦੀ ਸੀ ਉਹਨਾਂ ਨੇ ਕਹਿਣਾ ਜਦੋਂ ਸਾਰੇ ਸੁੱਤੇ ਹੁੰਦੇ ਨੇ ਉਦੋਂ ਤੂੰ ਜਾਗਣੀ ਹੈ ਤੇ ਜਦੋਂ ਸਾਰੇ ਉੱਠ ਜਾਂਦੇ ਨੇ ਉੱਠਣ ਦਾ ਟਾਈਮ ਹੁੰਦਾ ਤਾਂ ਤੂੰ ਸੋ ਜਾਂਦੀ ਹੈ ਐਵੇਂ ਦੀਆਂ ਗੱਲਾਂ ਟੌਂਟ ਬਣਾਉਂਦੇ ਤੰਨੇ ਮੈਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਮੈਂ ਆਪਣੇ ਜਿਵੇਂ ਸ਼ਹਿਰ ਦੇ ਵਿੱਚ ਟੱਬਰ ਵਾਲੀ ਕੁੜੀਆਂ ਦਮਾਲੇ ਵਾਲੀ ਕੁੜੀਆਂ ਹੈਗੀਆਂ ਸੀਗੀਆਂ ਉਹਨਾਂ ਨੂੰ ਮੈਂ ਕਿਹਾ ਕਿ ਸੰਗਤ ਵਿੱਚ ਸਾਰਿਆਂ ਨੂੰ ਕਿਹਾ ਕਿ ਮੈਂ ਕੀ ਕਰਾਂ ਮੰਮਾ ਨੂੰ ਕਿਹਾ ਕਿ ਐਵੇਂ ਪਹਿਲਾਂ ਮੰਮਾ ਨੂੰ ਵੀ ਮੇਰੀ ਗੱਲ ਸਮਝ ਆਉਂਦੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਸੱਚੀ ਉਹ ਫੋਨ ਤੇ ਲੱਗੀ ਰਹਿੰਦੀ ਹਾਂ ਰਾਤੀ ਮੈਂ ਦੱਸਿਆ ਸਾਰਿਆਂ ਨੂੰ ਮੰਮਾ ਨੂੰ ਪਾਪਾ ਨੂੰ ਉਹਨਾਂ ਨੇ ਕਿਹਾ ਠੀਕ ਆ ਆਪਾਂ ਤੈਨੂੰ ਚੇਂਜ ਕਰ ਦਿੰਦੇ ਹੈਗੇ ਹਾਂ ਮਤਲਬ ਮੈਂ ਇੱਕ ਟਾਈਮ ਤੇ ਉਸ ਟਾਈਮ ਤੇ ਉਹਨਾਂ ਦੇ ਟੌਂਟ ਸਹਿ ਸਹਿ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀਗੀ ਬਹੁਤ ਜ਼ਿਆਦਾ ਈਵਨ ਮੈਂ ਕਾਫੀ ਮੈਡੀਸਨਸ ਵੀ ਖਾਧੀਆਂ ਹਨਾ ਕੋਰੀਅਰ ਕਰਦੇ ਹੁੰਦੇ ਸੀਗੇ ਘਰ ਦੇ ਮੇਰੇ
ਬੜੀ ਸੰਸਕ੍ਰਿਤ ਪਾ ਕੇ ਸੋ ਜਾਣਾ ਕਰਨਾ ਉਹ ਟੋਂਟਿੰਗ ਬਾਜੀ ਚਾਲੂ ਰਹਿੰਦੀ ਸੀਗੀ ਉਹਨਾਂ ਦੀ ਉਹ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਵੀ ਗੁਰੂ ਪਾਤਸ਼ਾਹ ਜੀ ਮੈਨੂੰ ਇੱਥੋਂ ਕਢਾਓ ਮੇਰੇ ਤੋਂ ਇੱਥੇ ਨਾ ਸੇਵਾ ਨਹੀਂ ਹੋ ਪਾ ਰਹੀ ਤੁਹਾਡੀ ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਮੇਰੇ ਮੰਮੀ ਪਾਪਾ ਨਹੀਂ ਮੰਨਦੇ ਹੁੰਦੇ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਆਪਣੀ ਫਰੀਡਮ ਕਰਕੇ ਉੱਥੋਂ ਨਿਕਲਣਾ ਚਾਹ ਰਹੀ ਹਾਂ ਕਿਉਂਕਿ ਇੱਕ ਫੈਮਿਲੀ ਦੇ ਅੰਦਰ ਕਿਤੇ ਨਾ ਕਿਤੇ ਰਿਸਟ੍ਰਿਕਸ਼ਨਸ ਆ ਜਾਂਦੀਆਂ ਨੇ ਹਨਾ ਹਰ ਚੀਜ਼ ਨੂੰ ਲੈ ਕੇ ਮੇਰੇ ਮੰਮੀ ਪਾਪਾ ਨੂੰ ਲੱਗਦਾ ਸੀ ਕਿ ਮੈਂ ਫਰੀਡਮ ਕਰਕੇ ਪਰ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਗੁਰੂ ਪਾਤਸ਼ਾਹ ਜੀ ਨੇ ਜਿੱਦਾਂ ਕੀਤਾ ਮੰਮੀ ਪਾਪਾ ਨੂੰ ਸਮਝਾਇਆ ਆਪਣੇ ਆਪ ਹੀ ਉਹਨਾਂ ਨੇ ਮੈਨੂੰ ਪੀਜੀਏ 'ਚ ਸ਼ਿਫਟ ਕਰ ਦਿੱਤਾ ਮੈਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਗੁਰੂ ਪਾਤਸ਼ਾਹ ਜੀ ਮੈਨੂੰ ਕੋਈ ਜਾਂ ਤਾਂ ਰੂਮਮੇਟ ਇਹਨਾਂ ਦੇ ਆ ਜਾਏ ਜਾਂ ਐਵੇਂ ਦੇ ਆ ਜਾਏ ਜਾਂ ਫਿਰ ਐਵੇਂ ਦਾ ਮੈਨੂੰ ਸਿਸਟਮ ਬਣਾ ਕੇ ਦਿਆ ਜੀ ਕਿ ਮੈਂ ਸਾਰਾ ਦਿਨ ਤੁਹਾਡੀ ਭਗਤੀ ਕਰਾਂ ਹਨਾ ਦੁਨਿਆਵੀ ਪੜ੍ਹਾਈ ਆਪਣੇ ਆਪ ਹੁੰਦੀ ਰਹੇਗੀ ਮੈਨੂੰ ਨਹੀਂ ਚਾਹੀਦੀ ਹੈਗੀ ਮੈਨੂੰ ਹਜੇ ਭਗਤੀ ਕਰਾ ਲਓ ਕਿਉਂਕਿ ਮੈਂ ਬਹੁਤ ਮੈਂਟਲੀ ਅਨਸਟੇਬਲ ਹੋਈ ਪਈ ਹਾਂ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਚੱਲ ਰਿਹਾ ਹੈ ਮੇਰੇ ਨਾਲ ਮੈਨੂੰ ਇੱਕ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਗੁਰੂ ਪਾਤਸ਼ਾਹ ਜੀ ਮੈਨੂੰ ਨਾ ਮੇਰੇ ਘਰ ਦੇ ਨਾਲ ਜਿੱਥੇ ਮੈਂ ਰਵਾਂ ਨਾ ਮੇਰੇ ਘਰ ਦੇ ਨਾਲ ਗੁਰਦੁਆਰਾ ਸਾਹਿਬ ਹੋਵੇ ਸੰਗਤ ਮਿਲਦੀ ਰਹੇ ਗੁਰੂ ਪਾਤਸ਼ਾਹ ਜੀ ਨੇ ਇੱਦਾਂ ਹੀ ਇੱਕ ਸੋਰਸ ਬਣਾਇਆ ਤੇ ਮੈਂ ਦਿੱਲੀ ਇੱਥੇ ਰਹਿਣ ਲੱਗ ਗਈ ਲਾਜਪਤ ਨਗਰ ਵਾਲੇ ਪਾਸੇ ਉੱਥੇ ਮੈਨੂੰ ਦੋ ਘਰ ਛੱਡ ਕੇ ਦਿੱਤਾ ਗੁਰਦੁਆਰਾ ਸੀਗਾ ਉੱਥੇ ਪੀਜੀ ਸੀਗਾ ਉੱਥੇ ਮੈਨੂੰ ਸਿੰਗਲ ਰੂਮ ਮਿਲਿਆ ਹੋਇਆ ਸੀ ਮੈਂ ਕਾਲਜ ਨਹੀਂ ਜਾਂਦੀ ਕਰਦੀ ਸੀਗੀ ਘਰਦਿਆਂ ਨੂੰ ਇਹ ਹੁੰਦਾ ਸੀ ਪਤਾ ਨਹੀਂ ਰਾਤੀ ਫੋਨ ਤੇ ਲੱਗੇ ਰਹਿੰਦੇ ਆ ਦਿਨੇ ਸੁੱਤੀ ਰਹਿੰਦੀ ਹੈ ਐਵੇਂ ਦੀਆਂ ਗੱਲਾਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਦੇ ਦਿਮਾਗ 'ਚ ਕਿਤੇ ਕੁੜੀ ਵਿਗੜਤਾ ਨਹੀਂ ਗਈ ਕਿਤੇ ਲੋਕੀ ਜੋ ਕਹਿੰਦੇ ਸੀਗੇ ਸੱਚ ਤਾਂ ਨਹੀਂ ਹੋ ਗਿਆ ਏਦਾਂ ਉੱਦਾਂ ਦੀਆਂ ਗੱਲਾਂ ਪਰ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਗੁਰੂ ਪਾਤਸ਼ਾਹ ਜੀ ਜਿੰਨੀ ਮਰਜ਼ੀ ਭਗਤੀ ਕਰਾਈ ਜਾਓ ਭਗਤੀ ਕਰਾਈ ਜਾਓ ਗੁਰੂ ਪਾਤਸ਼ਾਹ ਜੀ ਨੇ ਇੰਨੀ ਬਖਸ਼ਿਸ਼ ਕੀਤੀ ਉਸ ਪੀਜੀ ਦੇ ਵਿੱਚ ਮੈਂ 3 ਮਹੀਨੇ ਰਹੀ ਉਸ ਪੀਜੀ ਦੇ ਵਿੱਚ ਬਾਲੀ ਬਖਸ਼ਿਸ਼ ਕੀਤੀ ਕਿ ਇੱਕ ਟਾਈਮ ਤੇ ਐਵੇਂ ਹੋ ਗਿਆ ਸੀ ਕਿ ਮੇਰੇ ਕੰਨਾਂ ਦੇ ਵਿੱਚ ਸਿਮਰਨ ਚੱਲਣ ਲੱਗ ਗਿਆ ਸੀਗਾ ਆਪਣੇ ਆਪ ਮੈਂ ਸੁੱਤੀ ਹੋਈ ਸੀ ਮੈਂ ਇੱਕ ਦਿਨ ਸੈਟਿੰਗ ਲਗਾ ਕੇ ਮਤਲਬ ਸੈਟਿੰਗ ਲਗਾਈ ਮੈਂ 1:30 ਵਜੇ ਉੱਠ ਗਈ ਮੈਂ ਸੈਟਿੰਗ ਲਗਾ ਰਹੀ ਸੀ 7 ਵਜ ਗਏ ਮੈਨੂੰ ਨਹੀਂ ਪਤਾ ਲੱਗਾ ਕਿ ਕਿੱਦਾਂ 7 ਵਜ ਗਏ 7 ਵਜੇ ਨਾ ਜਿੱਦਾਂ ਉੱਥੇ ਪ੍ਰਭਾਤ ਫੇਰੀਆਂ ਚੱਲ ਰਹੀਆਂ ਸੀਗੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਨਵੰਬਰ ਦੀ ਸ਼ਾਇਦ ਗੱਲ ਹੈਗੀ ਆ ਪ੍ਰਭਾਤ ਫੇਰੀਆਂ ਚੱਲ ਰਹੀਆਂ ਸੀ ਤੇ ਮੈਨੂੰ ਪਤਾ ਸੀ ਕਿ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ ਤੇ ਮੈਨੂੰ ਨਾ ਜਿੱਦਾਂ ਮੈਂ 6 ਵਜੇ ਨਾ ਮੈਨੂੰ ਆਵਾਜ਼ ਆਉਣ ਲੱਗੀ ਕਿ ਪ੍ਰਭਾਤ ਫੇਰੀ ਲੰਘ ਰਹੀ ਹੈਗੀ ਆ ਮੇਰੇ ਘਰ ਦੇ ਅੱਗੇ ਉਹਦੀ ਪੀਜੀ ਦੇ ਅੱਗੇ ਉਹਦੀ ਤੇ ਉਦੋਂ ਬਾਅਦ ਨਾ ਮੈਂ ਜਿੱਦਾਂ ਲੇਟ ਗਈ ਹਨਾ ਸਿਟਿੰਗ ਲਗਾ ਕੇ 7-7 ਵਜੇ ਜਿੱਦਾਂ 9 ਵਜੇ ਮੇਰਾ ਕਾਲਜ ਹੁੰਦਾ ਸੀ ਉੱਧਰ ਮੇਰਾ ਪ੍ਰੈਕਟੀਕਲ ਸੀਗਾ ਤੇ ਮੈਂ ਜਾਣਾ ਸੀਗਾ ਮੈਂ 1 ਘੰਟਾ ਪੈ ਜਾਣਾ 7 ਵਜੇ ਪਈ ਮੈਂ ਤੇ ਕੀ ਹੋਇਆ ਮੇਰੇ ਕੰਨਾਂ 'ਚ ਨਾ ਵਾਹਿਗੁਰੂ ਚੱਲਣ ਲੱਗ ਗਿਆ ਉਸ ਟਾਈਮ ਤੇ ਮੈਂ ਦਸਤਾਰ ਦੀ ਦਾਤ ਲੈ ਲਈ ਦਸਤਾਰ ਦੀ ਦਾਤ ਨਹੀਂ ਹੈਗੀ ਸੀ ਉਸ ਟਾਈਮ ਤੇ ਸੋਰੀ ਮੇਰੇ ਕੋਲ ਮੈਂ ਨੰਗੇ ਸਿਰ ਜਾਂਦੀ ਹੁੰਦੀ ਸੀ ਕਿ ਮੈਂ ਅੰਮ੍ਰਿਤ ਦੀ ਦਾਤ ਲਿੱਤੀ ਹੋਈ ਸੀਗੀ ਪਰ ਮੇਰੇ ਕੋਲ ਦਸਤਾਰ ਦੀ ਦਾਤ ਨਹੀਂ ਹੈਗੀ ਸੀ ਮੇਰੀ ਸੈਟਿੰਗ ਲਗਵਾਉਂਦੇ ਹੁੰਦੇ ਸੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਵੀ ਕਰਦੇ ਹੁੰਦੇ ਸੀਗੇ ਪਰ ਮੇਰੇ ਕੋਲ ਦਸਤਾਰ ਦੀ ਦਾਤ ਨਹੀਂ ਹੈਗੀ ਸੀ ਮੈਂ 7 ਵਜੇ ਲੰਮੇ ਪਈ ਮੈਂ ਮੰਮਾ ਵੀ ਇੱਥੇ ਜਿੱਦਾਂ ਗੁਰਦੁਆਰੇ ਸਾਹਿਬ ਹੈਗੇ ਸੀਗੇ ਮੇਰੇ ਕੰਨਾਂ 'ਚ ਜੋ ਵਾਹਿਗੁਰੂ ਚੱਲਦਾ ਰਿਹਾ ਅੱਧਾ ਪੌਣਾ ਘੰਟਾ ਚੱਲਦਾ ਰਿਹਾ ਪਹਿਲਾਂ ਮੈਂ ਸੋਚਿਆ ਕਿ ਗੁਰਦੁਆਰੇ ਚੱਲ ਰਿਹਾ ਹੋਣਾ ਸਿਮਰਨ ਬਈ ਉੱਥੇ ਆਵਾਜ਼ ਆ ਰਹੀ ਹੋਣੀ ਤੇ ਜੇ ਮੇਰੇ ਕੰਨਾਂ 'ਤੇ ਮੈਂ ਸਰਾਣਾ ਆਪਣੇ ਕੰਨਾਂ ਦੇ ਉੱਤੇ ਦੇ ਕੇ ਰੱਖਿਆ ਜੋ ਵਾਹਿਗੁਰੂ ਦੀ ਆਵਾਜ਼ ਆਈ ਜਾਵੇ ਤੰਗ ਹੋ ਗਈ ਮੈਂ ਇਹ ਵੀ ਸੋਚਿਆ ਵੀ ਪ੍ਰਭਾਤ ਫੇਰੀ ਚੱਲ ਰਹੀ ਹੈ ਗੁਰਦੁਆਰੇ 'ਚ ਨਾ ਕੋਈ ਨਹੀਂ ਹੁੰਦਾ ਸੀਗਾ ਮੈਂ ਇਹ ਵੀ ਸੋਚਿਆ ਕਿ ਕੋਈ ਵੀ ਹੈਗਾ ਨਹੀਂ ਹੈਗਾ ਵਾਹਿਗੁਰੂ ਕਿੱਥੋਂ ਚੱਲ ਰਿਹਾ ਕੌਣ ਕਰ ਰਿਹਾ ਸਿਮਰਨ ਗੁਰਦੁਆਰੇ ਫਿਰ ਮੈਨੂੰ ਪਤਾ ਲੱਗਿਆ ਤੇ ਮੇਰੇ ਕੰਨਾਂ 'ਚ ਹੀ ਚੱਲ ਰਿਹਾ ਸੀ ਬਾਹਰੋਂ ਤਾਂ ਸਪੀਕਰ ਕੋਈ ਆ ਹੀ ਨਹੀਂ ਰਿਹਾ ਸੀ ਮੈਂ ਹੋਰਾਂ ਨੂੰ ਵੀ ਪੁੱਛਿਆ ਉੱਠ ਕੇ ਕਿ ਅੱਜ ਗੁਰਦੁਆਰੇ ਸਾਹਿਬ ਤੋਂ ਕੋਈ ਆਵਾਜ਼ ਆ ਰਹੀ ਸੀ ਮੈਨੂੰ ਸੰਗਤ ਵਿੱਚ ਜਾ ਕੇ ਵੀ ਪੁੱਛਿਆ ਗਿਆ ਸ਼ਾਮੀ ਕਿ ਅੱਜ ਗੁਰਦੁਆਰੇ ਸਾਹਿਬ ਸਿਮਰਨ ਚੱਲ ਰਿਹਾ ਕਹਿੰਦੇ ਨਹੀਂ ਅੱਜ ਤਾਂ ਕੋਈ ਸਿਮਰਨ ਨਹੀਂ ਚੱਲ ਰਿਹਾ ਸੀ ਮੈਂ ਮੰਮਾ ਨੂੰ ਫੋਨ ਕੀਤਾ 7:30-8 ਵਜੇ ਉਹ ਮੇਰੇ ਵਾਹਿਗੁਰੂ ਚੱਲ ਰਿਹਾ ਮੈਂ ਕੀ ਕਰਾਂ ਮੰਮਾ ਕਹਿੰਦੇ ਤੂੰ ਸਿਟਿੰਗ 'ਤੇ ਬੈਠ ਜਾ ਉੱਦਣ ਮੇਰਾ 9 ਵਜੇ ਪ੍ਰੈਕਟੀਕਲ ਸੀਗਾ ਮੈਂ 8 ਵਜੇ ਫਿਰ ਸਿਟਿੰਗ 'ਤੇ ਬੈਠੀ 12:30-1 ਵਜੇ ਮੈਨੂੰ ਘਰ ਦੇ ਫੋਨ ਆਈ ਜਾਣ ਨਹੀਂ ਪਤਾ ਨਹੀਂ 30-35 ਕੋਲ ਮੰਮਾ ਪਾਪਾ ਦੇ ਆ ਗਏ ਮੈਨੂੰ ਨਹੀਂ ਪਤਾ ਲੱਗਾ ਔਰ ਫੋਨ ਮੇਰਾ ਵਾਈਬ੍ਰੇਸ਼ਨ 'ਤੇ ਨਹੀਂ ਸੀਗਾ ਵੱਜਦਾ ਰਿਹਾ ਹੈ ਨਾ ਫੁੱਲ ਟਿਊਨ ਸੀਗੀ ਤੇ ਇੱਕ ਐਵੇਂ ਦੀ ਟਿਊਨ ਹੈਗੀ ਆ ਬਈ ਕੋਈ ਵੀ ਬੰਦਾ ਸੌਂਦਾ ਵੀ ਜਾਗਦੇ ਜਿੰਨੀ ਮਰਜ਼ੀ ਗਹਿਰੀ ਨੀਂਦ ਵਿੱਚ ਪਿਆ ਹੋਵੇ ਜਾਗਦਾ ਮੈਨੂੰ ਨਹੀਂ ਸੁਣਿਆ ਹੈਗਾ ਫਿਰ 12:30-12 ਵਜੇ ਮੇਰਾ ਪ੍ਰੈਕਟੀਕਲ ਛੁੱਟ ਗਿਆ ਏਦਾਂ ਹੀ ਪਰ ਮੈਂ ਪੜ੍ਹੀ ਨਹੀਂ ਸੀਗੀ ਜਿੱਦਾਂ 3 ਮਹੀਨੇ ਦਸੰਬਰ 'ਚ ਮੇਰੇ ਪੇਪਰ ਸੀਗੇ ਨਹੀਂ ਪੜ੍ਹੀ ਮੈਂ ਬਿਲਕੁਲ ਵੀ ਮੈਂ ਕੋਈ ਪ੍ਰੈਕਟੀਕਲ ਨਹੀਂ ਦਿੱਤਾ ਅਗਲੇ ਦਿਨ ਮੈਂ ਸੋਚਣਾ ਕਿ ਮੈਂ ਕੀ ਕਰਾਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਗੁਰੂ ਪਾਤਸ਼ਾਹ ਜੀ ਕੀ ਕਰਾਂ ਮੈਨੂੰ ਕੁਛ ਹੁੰਦਾ ਨਹੀਂ ਹੈਗੀ ਗੁਰੂ ਪਾਤਸ਼ਾਹ ਜੀ ਦੇ ਮਤਲਬ ਇਵੇਂ ਇੱਕ ਬਖਸ਼ਿਸ਼ ਹੋਈ ਕਿ ਮੈਂ ਅੱਖਾਂ ਬੰਦ ਕੀਤੀਆਂ ਇੱਕ ਦਿਨ ਮੈਂ ਸਿਟਿੰਗ 'ਤੇ ਬੈਠੀ ਅਤੇ ਮੈਂ ਗੁਰੂ ਪਾਤਸ਼ਾਹ ਜੀ ਨੂੰ ਅਰਦਾਸ ਕਰ ਰਹੀ ਸੀ ਕਿ ਗੁਰੂ ਪਾਤਸ਼ਾਹ ਜੀ ਮੇਰੇ ਐਗਜ਼ਾਮ ਆਉਣ ਵਾਲਾ ਮੈਨੂੰ ਕੁਛ ਨਹੀਂ ਆਉਂਦਾ ਹੈ ਇਨਕਮ ਟੈਕਸ ਦਾ ਜਿੱਦਾਂ ਮੇਰਾ ਕਾਮਰਸ ਡਿਪਾਰਟਮੈਂਟ ਹੈਗਾ ਹੈ ਅਤੇ ਬਹੁਤ ਔਖੇ ਔਖੇ ਜਿੱਦਾਂ
ਸੈਕਿੰਡ ਇਅਰ ਵਿੱਚ ਪੇਪਰ ਸੀਗੇ, ਮੈਨੂੰ ਨਹੀਂ ਆਉਂਦੇ ਸੀਗੇ। ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਤੇ ਮੇਰੀਆਂ ਅੱਖਾਂ ਬੰਦ ਸੀਗੀਆਂ, ਤੇ ਅੱਖਾਂ ਬੰਦ ਵਿੱਚ ਮੈਂ ਫੀਲ ਕੀਤਾ, ਮੈਨੂੰ ਪਤਾ ਸੀ ਕਿ ਮੇਰੀ ਅੱਖਾਂ ਬੰਦ ਹੈਗੀਆਂ ਨੇ, ਪਰ ਮੇਰੀ ਅੱਖਾਂ ਬੰਦ ਵਿੱਚ ਮੈਨੂੰ ਫੀਲ ਹੋਇਆ ਕਿ ਐਵੇਂ ਪੰਜ ਸਿੰਘ ਚੱਲ ਰਹੇ ਨੇ, ਨੀਲੇ ਬਾਣੇ ਪਾਏ ਹੋਏ ਨੇ, ਪੰਜ ਪਿਆਰੇ ਚੱਲ ਰਹੇ ਸੀਗੇ। ਤੇ ਉਹਨਾਂ ਵਾਹਿਗੁਰੂ, ਉਹਨਾਂ ਨੇ ਸਿਰ ਦੇ ਉੱਤੇ ਗੱਠੜੀਆਂ ਬੰਨੀਆਂ ਹੋਈਆਂ ਸੀ ਤੇ ਤੁਰੀ ਜਾ ਰਹੇ ਸੀ, ਤੁਰੀ ਜਾ ਰਹੇ ਸੀ ਤੇ ਵਾਹਿਗੁਰੂ 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 ਬੋਲਦੇ ਜਾ ਰਹੇ ਸੀ। ਮੈਂ ਮੰਮਾ ਨੂੰ ਇਹ ਦੱਸਿਆ ਕਿ ਮੰਮਾ ਤੂੰ ਤੇਰਾ ਸਿਮਰਨ ਤੂੰ ਵਧਾ ਦੇ ਹੋਰ। ਫਿਰ ਮੈਂ ਜਿੱਦਾਂ ਪੱਖੋਂ ਕੇ ਹੈਗੇ ਆ ਇੱਕ ਦੀਦੀ ਮਨਦੀਪ ਕੌਰ ਵਾਹਿਗੁਰੂ, ਉਹਨਾਂ ਨੂੰ ਮੈਂ ਪੁੱਛਦੀ ਦੀਦੀ ਮੈਂ ਕੀ ਕਰਾਂ ਵੀ ਮੇਰੇ ਪੇਪਰ ਵੀ ਆ ਰਹੇ ਨੇ ਤੇ ਮੈਂ ਭਗਤੀ ਵੀ ਕਰਨੀ ਹੈਗੀ। ਦੀਦੀ ਕਹਿੰਦੇ ਤੂੰ ਭਗਤੀ ਕਰ ਲੈ ਆਪੇ ਤੇਰੇ ਪੇਪਰ ਆਪੇ ਹੋ ਜਾਣੇ ਨੇ। ਮੈਨੂੰ ਨੀ ਪਤਾ ਮੇਰੇ ਪੇਪਰ ਆ ਗਏ ਦਸੰਬਰ ਦੇ ਵਿੱਚ, ਮੈਂ ਕੋਈ ਪ੍ਰੈਕਟੀਕਲ ਨਹੀਂ ਦਿੱਤਾ। 75 ਮਾਰਕਸ ਦਾ ਥਿਊਰੀ ਹੁੰਦਾ, 25 ਨੰਬਰ ਦਾ ਕਾਲਜ ਪ੍ਰੈਕਟੀਕਲ ਹੁੰਦਾ, ਪੰਜ ਸਬਜੈਕਟ ਹੈਗੇ ਸੀਗੇ। ਮੈਂ 4 ਸਬਜੈਕਟ ਦੇ ਪ੍ਰੈਕਟੀਕਲ ਨਹੀਂ ਦਿੱਤੇ, ਇੱਕ 70 ਨੰਬਰ ਦਾ ਪ੍ਰੈਕਟੀਕਲ ਸੀਗਾ ਮੈਂ ਉਹ ਨਹੀਂ ਦਿੱਤਾ। ਤੇ ਮੈਨੂੰ ਨੀ ਪਤਾ ਮੈਂ ਕਿਵੇਂ ਪਾਸ ਹੋਈ, ਮੇਰੇ 7 CGPA ਆਏ। ਮੈਨੂੰ ਮਤਲਬ ਨਾ ਉਸ ਟਾਈਮ ਤਾਂ ਇੰਨਾ ਕੁ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਪਾਤਸ਼ਾਹ ਜੀ ਜੋ ਸਮਝਾਉਂਦੇ ਹੈਗੇ ਆ ਨਾ, ਜੋ ਮੈਂ ਇੱਕ ਟਾਈਮ ਤੇ ਦੁਨਿਆਵੀ ਅਖਰੀ ਅਰਥਾਂ ਦੇ ਵਿੱਚ ਬੋਲਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਸ਼ਨ ਕਰਦੇ ਹੋਏ ਕਿ ਆਪਾਂ ਆਪਣਾ ਆਤਮਕ ਜੀਵਨ ਸਵਾਰਨੇ, ਗੁਰੂ ਪਾਤਸ਼ਾਹ ਜੀ ਨੇ ਸਾਡੇ ਦੁਨਿਆਵੀ ਕੰਮ ਆਪਣੇ ਆਪ ਸਵਾਰ ਦੇਣੇ, ਸਤਿਗੁਰ ਤੋਂ ਮੇਰੇ ਕਾਰਜ ਸਵਾਰੇ, ਹਨਾ। ਇਹ ਗੱਲ ਮੈਂ ਉਸ ਟਾਈਮ ਲਿਟਰਲੀ ਫੀਲ ਕੀਤੀ ਕਿ ਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਕਰ ਦਿੱਤਾ। ਮੇਰੇ ਨਾ ਕਾਲਜ ਦੇ ਦੋਸਤਾਂ ਨੇ ਕਹਿਣਾ ਤੂੰ ਕਾਲਜ ਤਾਂ ਆਈ ਨਹੀਂ, ਹਨਾ। ਮੈਂ ਸੈਕਿੰਡ ਈਅਰ ਦੀ ਫੀਸ ਵੀ ਨਹੀਂ ਭਰੀ, ਮੈਂ ਪੇਪਰ ਵਾਲੇ ਦਿਨ ਜਾ ਕੇ ਸੈਕਿੰਡ ਈਅਰ ਦੀ ਫੀਸ ਭਰ ਕੇ ਆਈ, ਆਪਣੇ ਐਗਜ਼ਾਮ ਦੀ ਫੀਸ ਭਰ ਕੇ, ਮੈਨੂੰ ਐਡਮਿਟ ਕਾਰਡ ਹੀ ਨਾ ਦੇਣ ਕਾਲਜ ਵਾਲੇ। ਮਤਲਬ ਫਿਰ ਉਸ ਟਾਈਮ ਤੇ ਮੇਰਾ ਇੰਨਾ ਕੁ ਪੱਕਾ ਮਨ ਬਣ ਗਿਆ ਸੀ ਨਾ ਕਿ ਗੁਰੂ ਪਾਤਸ਼ਾਹ ਜੀ ਸੱਚੀ ਮੇਰੇ ਸਿਰ ਤੇ ਹੱਥ ਧਰ ਕੇ ਮੈਨੂੰ ਸਮਝਾ ਰਹੇ ਸੀਗੇ ਕਿ ਪੁੱਤਰ ਤੂੰ ਮੇਰੇ ਰਾਹ ਤੇ ਚੱਲਦੀ ਰਹਿ। ਫਿਰ 1 ਜਨਵਰੀ ਆਇਆ, 1 ਜਨਵਰੀ ਨੂੰ ਗੁਰੂ ਪਾਤਸ਼ਾਹ ਜੀ ਨੂੰ ਮੈਂ ਅਰਦਾਸ ਕੀਤੀ ਕਿ ਜਿੱਦਾਂ ਮੇਰੇ ਪਾਪਾ ਨੀ ਮੰਨਦੇ ਹੈਗੇ ਸੀ ਕਿਉਂਕਿ ਤੂੰ ਦਸਤਾਰ ਦਾਤਰੇ ਨੇ, ਉਹਨਾਂ ਦੀ ਇਹ ਮੈਂਟੈਲਿਟੀ ਹੈਗੀ ਕਿ ਅਗਲਾ ਘਰ ਪਤਾ ਨੀ ਹੋਣਾ ਕਿਵੇਂ ਦਾ ਮਿਲੇਗਾ, ਸਾਡੇ ਘਰੇ ਕਿਸੇ ਵੀ ਫੈਮਿਲੀ ਮੈਂਬਰ ਨੇ ਨੀ ਸਜਾਈ ਹੋਈ, ਕਿਸੇ ਰਿਸ਼ਤੇਦਾਰ ਨੇ ਨੀ ਕਿਸੇ ਰਿਸ਼ਤੇਦਾਰ ਨੇ ਨੀ ਸਜਾਈ ਹੋਈ, ਹਨਾ। ਪਹਿਲਾਂ ਸਭ ਤੋਂ ਪਹਿਲਾਂ ਜਿੱਦਾਂ ਮੈਂ ਹੀ ਸਜਾਈ ਸੀਗੀ। ਤੇ 1 ਜਨਵਰੀ ਨੂੰ ਮੈਂ ਡਰਦੀ ਡਰਦੀ ਨਾ ਜਿੱਦਾਂ ਨਗਰ ਕੀਰਤਨ ਹੈਗਾ ਸੀਗਾ ਇੱਥੇ, ਤੇ ਸਾਰੀ ਸੰਗਤ ਨੇ ਕਿਹਾ ਕਿ ਆਪਾਂ ਨਾ ਸੂਟਾਂ ਦੇ ਨਾਲ ਦਸਤਾਰਾ ਸਜਾਵਾਂਗੇ। ਤੇ ਜਦੋਂ ਮੈਂ ਦਸਤਾਰ ਸਜਾ ਰਹੀ ਸੀ ਨਾ, ਮੰਮਾ ਕਹਿੰਦੇ ਜਾਂ ਤਾਂ ਅੱਜ ਪੱਕੀ ਸਜਾ ਲੈ ਜਾਂ ਫਿਰ ਸਜਾ ਹੀ ਲੈ, ਇੱਕ ਕੰਮ ਕਰ ਲੈ। ਉਦੋਂ ਮੈਂ ਸੋਚ ਲਿਆ ਕਿ ਪੱਕੀ ਸਜਾ ਲੈਣੀ ਹੈ, ਮੈਂ ਨਹੀਂ ਹੁਣ ਲਾਣੀ, ਤੇ ਉਦੋਂ ਬਾਅਦ ਪਾਪਾ ਦੇਖ ਲੈਣਗੇ ਕੀ ਕਰਨਗੇ, 2-4 ਦਿਨ ਡਾਂਟਣਗੇ ਫਟਕਾਰਨਗੇ, ਉਦੋਂ ਬਾਅਦ ਕੁਛ ਨਹੀਂ ਕਰਦੇ। ਇੱਕ ਵਾਰੀ ਪਾਪਾ ਕਹਿੰਦੇ ਮੈਨੂੰ ਨੀ ਇਹ ਪਸੰਦ, ਬੜਾ ਡਾਂਟਿਆ ਉਹਨਾਂ ਨੇ, ਵਿੱਚ ਵਿੱਚ ਬੋਲਦੇ ਰਹੇ ਕਿ ਤੂੰ ਆਪਣਾ ਦਿੱਲੀ ਸਜਾ ਲਿਆ ਕਰ, ਇੱਥੇ ਨਾ ਸਜਾਇਆ ਕਰ, ਇੱਥੇ ਤੇ ਲੋਕੀ ਕੀ ਕਹਿਣਗੇ, ਮੇਰੇ ਚਾਚੇ ਐਵੇਂ ਬੋਲਦੇ ਗਏ। ਇੱਕ ਟਾਈਮ ਜਿਵੇਂ ਗੁਰੂ ਪਾਤਸ਼ਾਹ ਜੀ ਨੂੰ ਅਰਦਾਸਾਂ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਆਪੇ ਮੰਨ ਵੀ ਗਏ। ਮੇਰੇ ਜਿੱਦਾਂ ਉੱਥੇ ਫਰੈਂਡ ਸਰਕਲ ਹੈਗਾ ਆ, ਹਨਾ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਪੁੱਤਰ ਹੁੰਦਾ ਆ ਨਾ, ਮੈਨੂੰ ਸਾਬਤ ਸੁਰਤ ਚਾਹੀਦਾ ਹੈਗਾ। ਆਪਾਂ ਦੁਨਿਆਵੀ ਜੀਵਨ ਦੇ ਵਿੱਚ ਆਏ ਆ, ਮਾਇਆ ਦੇ ਨਾਲ ਭਰਿਆ ਹੋਇਆ ਹੈ ਦੁਨਿਆਵੀ ਜੀਵਨ, ਆਪਾਂ ਇੱਕ ਟੈਸਟ ਕਲੀਅਰ ਕਰਨ ਆਏ ਕਿ ਹਾਂ ਗੁਰੂ ਪਾਤਸ਼ਾਹ ਜੀ ਅਸੀਂ ਅਸਲ ਦੇ ਵਿੱਚ ਤੁਹਾਡੇ ਪੁੱਤਰ ਹੈਗੇ ਆ। ਉਹ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਦਿੱਲੀ ਭੇਜਿਆ, ਉੱਥੇ ਤਾਂ ਮੇਰੀ ਮਾਇਆ ਹੀ ਹੈਗੀ ਆ, ਹਨਾ, ਗੁਰੂ ਪਾਤਸ਼ਾਹ ਜੀ ਦੇ ਹੈਗਾ ਤਾਂ ਚਲੋ ਸਾਰਾ ਹੁਕਮ ਹੈ ਗੁਰੂ ਪਾਤਸ਼ਾਹ ਜੀ, ਪਰ ਸਾਰੀ ਮਾਇਆ ਹੀ ਹੈਗੀ ਆ। ਮੇਰੇ ਜਿਹੜੇ ਫਲੈਟਮੇਟ ਸੀ, ਮੈਂ 4 ਕੁੜੀਆਂ ਦੇ ਨਾਲ ਹੋਰ ਰਹਿੰਦੇ ਸੀਗੇ, ਪੀਜੀ ਤੋਂ ਮੈਂ ਸ਼ਿਫਟ ਹੋ ਗਈ ਸੀਗੀ, ਮੇਰਾ ਪੀਜੀ ਬੰਦ ਹੋ ਗਿਆ ਸੀ, ਮੈਂ ਫਿਰ ਕਾਲਜ ਦੇ ਲਾਗੇ ਸ਼ਿਫਟ ਹੋ ਗਈ। ਫਿਰ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਕਦੇ ਵੀ ਗੁਰਦੁਆਰਾ ਸਾਹਿਬ ਤੋਂ ਦੂਰ ਨਹੀਂ ਭੇਜਿਆ, ਮੈਨੂੰ ਉੱਥੇ ਵੀ ਮੈਨੂੰ ਗੁਰਦੁਆਰਾ ਸਾਹਿਬ ਦੇ ਕੋਲ ਹੀ ਰੱਖਿਆ। ਮੈਂ 4 ਕੁੜੀਆਂ ਦੇ ਨਾਲ ਹੋਰ ਰਹਿੰਦੀ ਸੀਗੀ, ਮੈਂ ਦਸਤਾਰ ਸਜਾਈ ਹੋਈ ਸੀ ਉਸ ਟਾਈਮ ਤੇ। ਇੱਕ ਦਿਨ ਇੱਕ ਕੁੜੀ ਦਾ ਬਰਥਡੇ ਸੀ ਸਾਡੀ ਫਲੈਟ ਤੇ ਹੀ, ਤੇ ਉਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਚੱਲਦੇ ਹੈਗੇ ਆ ਕਲੱਬ ਦੇ ਵਿੱਚ, ਹਨਾ, ਪਾਰਟੀ ਕਰਨ ਚੱਲਦੇ ਹੈਗੇ, ਘਰੇ ਕੀ ਕਰਦੇ ਹੈਗੇ ਆ। ਉਹਨਾਂ ਨੇ ਮੈਨੂੰ ਪੁੱਛਿਆ ਕਿ ਅਰਸ਼ ਤੂੰ ਵੀ ਚੱਲ, ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ, ਬਈ ਮੇਰੇ ਮੈਂ ਬਹਾਨਾ ਕੀ ਲਗਾਉਂਦੀ ਉਹਨਾਂ ਨੂੰ, ਥੋੜ੍ਹਾ ਥੋੜ੍ਹਾ ਤਾਂ ਜਿੱਦਾਂ ਟ੍ਰਾਂਸਲੇਸ਼ਨ ਸੁਣਦੇ ਹੀ ਸੀਗੇ, ਮੈਂ ਗੁਰਬਾਣੀ ਵਿਚਾਰ ਕਰਦੀ ਹੁੰਦੀ ਸੀ ਕਿ ਮੀਟਿੰਗ ਦੇ ਵਿੱਚ ਸੁਣਦੇ ਸੀਗੇ, ਉਹਨਾਂ ਨੂੰ ਨਹੀਂ ਪਤਾ, ਥੋੜ੍ਹਾ ਥੋੜ੍ਹਾ ਪਤਾ ਸੀ ਕਿ ਹਾਂ ਇਹ ਐਵੇਂ ਐਵੇਂ, ਪਰ ਉਹਨਾਂ ਨੇ ਮੈਨੂੰ ਕਲੱਬ ਦੇ ਬਾਰੇ ਪੁੱਛਿਆ, ਮੈਂ ਕਿਹਾ ਮੈਂ ਨਹੀਂ ਜਾਣਾ। ਤੇ ਨਾ ਉਹਨਾਂ ਨੇ ਮੈਨੂੰ ਧੱਕਾ ਕੀਤਾ, ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਜਾਣਾ, ਵੀ ਮੇਰੇ ਘਰ ਦੇ, ਮੈਂ ਘਰਦਿਆਂ ਤੇ ਗੱਲ ਕਰਦੀ, ਮੇਰੇ ਘਰਦੇ ਨਹੀਂ ਮੰਨਦੇ ਹੈਗੇ, ਬਈ ਉਹਨਾਂ ਨੂੰ ਪਤਾ ਲੱਗੇਗਾ ਤੇ ਕੀ ਬੀਤੂਗੀ ਉਹਨਾਂ ਤੇ। ਮੈਂ ਚੁੱਪ ਕਰਕੇ ਬਹਿ ਗਈ, ਮੈਂ ਨਾ ਆਪਣਾ ਚੇਅਰ ਤੇ ਬਹਿ ਗਈ, ਤੇ ਉਹ ਆਪਣਾ ਤਿਆਰੀਆਂ ਕਰਨ ਲੱਗ ਗਏ, ਆਪਣਾ ਜਿਵੇਂ ਥਰੈਡਿੰਗ ਬਣਾਉਣ ਲੱਗ ਗਏ, ਵੈਕਸ ਕਰਨ ਲੱਗ ਗਏ, ਸਾਰਾ ਕੁਛ ਕੁੜੀਆਂ ਜੋ ਕਰਦੀਆਂ ਹੁੰਦੀਆਂ ਨੇ ਉਹ ਕਰਨ ਲੱਗ ਗਈਆਂ।
ਉਹਨਾਂ ਨੂੰ ਦੇਖ ਕੇ ਮੇਰੀ ਅੱਖਾਂ ਚੋਂ ਨਾ ਪਾਣੀ ਆਉਣ ਲੱਗ ਗਿਆ। ਇੱਕ ਕੁੜੀ ਆਈ ਮੇਰੀ ਰੂਮਮੇਟ ਰੀਆ ਜੰਵਾਲ ਨਾਮ ਸੀਗਾ ਉਹਦਾ, ਮੈਨੂੰ ਕਹਿੰਦੀ ਕਹਿੰਦੀ ਅਰਸ਼ ਤੇਰਾ ਮਨ ਤੋਂ ਕਰ ਰਿਹਾ ਜਾਣੇ ਕਾ, ਤੂੰ ਜਾ ਨਹੀਂ ਪਾ ਰਹੀ। ਮੈਂ ਕਿਹਾ ਤੈਨੂੰ ਏਦਾਂ ਕਿਉਂ ਲੱਗਿਆ? ਆਂਦੀ ਜੈਸੇ ਤੂੰ ਰੋ ਰਹੀ ਹੈ ਨਾ ਵੈਸੇ ਤੇ ਮੇਰੇ ਕੋ ਲੱਗ ਰਿਹਾ ਕਿ ਤੇਰਾ ਮਨ ਬਹੁਤ ਕਰ ਰਿਹਾ ਪਰ ਤੂੰ ਜਾ ਨਹੀਂ ਪਾ ਰਹੀ। ਮੈਂ ਕਿਹਾ ਐਵੇਂ ਦਾ ਤਾਂ ਕੁਛ ਨਹੀਂ ਹੈਗਾ। ਕਹਿੰਦੀ ਔਰ ਮੈਂ ਇਹ ਰੀਜ਼ਨ ਵੀ ਬਤਾਊ ਤੇਰੇ ਕੋ, ਤੂੰ ਕਿਉਂ ਨਹੀਂ ਜਾ ਪਾ ਰਹੀ? ਇਹ ਤੇਰੇ ये तेरे जो तूने ये लिया हुआ ना स्वरूप, जिस रूप में तू अभी है, तू टॉबर मानती है, इसलिए है ना एवं एवं दिया। जिदा मैनु बोलन लग गए, मैं रात दी गल सीगी, एवं सारे बोलन लग गए मैनु कि हाँ तू चल कोई नहीं, तू टॉबर ना पा, तू ओ कहंदे ने दमाले नु सारे टॉबर कहंदे ने, ਤੇ ਕਹਿੰਦੇ ਤੂੰ ਟਾਵਲ ਨਾ ਪਾ, ਤੂੰ ਇੱਦਾਂ ਚੱਲ ਤੇ ਮੇਰੇ ਅੱਖਾਂ ਚੋਂ ਪਾਣੀ ਨਿਕਲੀ ਜਾਵੇ। ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ, ਵੀ ਮੇਰੇ ਤੋਂ ਨਹੀਂ, ਮੇਰੇ ਕੁਝ ਬੋਲਿਆ ਨਾ ਤਾਂ ਵੀ ਮੇਰੇ ਅੱਖਾਂ ਚੋਂ ਪਾਣੀ ਨਿਕਲੀ ਜਾਵੇ। ਉਹ ਫਿਰ ਇੱਕ ਟਾਈਮ ਤੇ ਹੋ ਗਿਆ ਆਪਣਾ ਕਰਨ ਲੱਗ ਗਿਆ ਜੋ ਕਰਨਾ। ਤੇ ਮੈਂ ਉਸ ਟਾਈਮ ਤੇ ਇਹ ਸੀ ਕਿ ਇਹਨਾਂ ਨੂੰ ਕੀ ਲੱਗ ਰਿਹਾ ਆ ਤੇ ਹੋ ਕੀ ਰਿਹਾ ਆ ਮੇਰੇ ਨਾਲ। ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਮੈਂ ਜਾ ਨਹੀਂ ਪਾ ਰਹੀ ਆਪਣੇ ਸਰੂਪ ਕਰਕੇ, ਇਸ ਕਰਕੇ ਮੈਂ ਰੋ ਰਹੀ ਆ। ਪਰ ਮੈਂ ਦੇਖ ਰਹੀ ਸੀ ਕਿ ਉਹ ਕਿਵੇਂ ਇੱਕ ਸਿਰਫ ਪਾਰਟੀ ਕਰਕੇ, ਇੱਕ ਬਰਥਡੇ, ਇੱਕ ਜਨਮ ਦਿਨ ਦੀ ਪਾਰਟੀ ਕਰਕੇ, ਜਿਹੜਾ ਜਨਮ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੋਇਆ ਆ, ਉਹਦੇ ਕਰਕੇ ਆਪਣੇ ਕੇਸਾਂ ਰੋਮਾਂ ਦੀ ਬੇਅਦਬੀ ਕਰਦੇ ਸੀਗੇ, ਆਪਣੇ ਸਰੀਰ ਦੇ ਨਾਲ ਛੇੜਛਾੜ ਕਰਦੇ ਸੀਗੇ, ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਸਰੀਰ ਦਿੱਤਾ ਹੋਇਆ। ਇੱਕ ਪਾਸੇ ਤਾਂ ਚਲੋ ਇੱਕ ਮਾਇਆ ਦਾ ਪੁਤਲਾ ਹੀ ਵੀ ਹੈਗਾ ਆ, ਪਰ ਇਹ ਸਰੀਰ ਹਰਿਮੰਦਰ ਵੀ ਹੈਗਾ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਹਦੇ ਵਿੱਚ ਦੁਨਿਆਵੀ ਦੇਹ ਤੋਂ ਇਲਾਵਾ ਇੱਕ ਆਤਮਿਕ ਜੋਤ ਵੀ ਫਿੱਟ ਕੀਤੀ ਹੋਈ ਹੈ। ਹਰਿਮੰਦਰ ਵੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਇਸ ਸਰੀਰ ਤੋਂ। ਮੈਂ ਬੋਲ ਰਹੀ ਸੀ ਕਿ ਇੰਨੇ ਸੋਹਣੇ ਸਰੀਰ ਦੇ ਨਾਲ ਕੀ ਕਰੀ ਜਾ ਰਹੀਆਂ ਨੇ, ਵੀ ਇੰਨਾ ਸੋਹਣਾ ਸਰੀਰ ਦਿੱਤਾ ਗੁਰੂ ਪਾਤਸ਼ਾਹ ਜੀ ਨੇ, ਦੋ ਮੂਲਾਂ ਕਰਕੇ ਦਿੱਤਾ, ਇੱਕ ਬਾਣੀ ਵਰਗਾ ਜੀਵਨ ਬਣਾਉਣ ਵਾਸਤੇ, ਇੱਕ ਪ੍ਰਚਾਰ ਕਰਨ ਵਾਸਤੇ, ਤੇ ਮੇਰੇ ਅੱਖਾਂ ਚੋਂ ਪਾਣੀ ਨਿਕਲਦਾ। ਉਹ ਚੱਲੀ ਗਈਆਂ। ਅਗਲੇ ਦਿਨ ਨਾ ਗੁਰਬਾਣੀ ਵਿਚਾਰ ਦੇ ਵਿੱਚ ਮੇਰੀ ਸੇਵਾ ਸੀਗੀ, ਮੈਨੂੰ ਸ਼ਬਦ ਆਇਆ ਭਗਤੇ ਤਾਂ ਸੰਸਾਰਿਆ ਕਦੇ ਜੋੜਨਾ ਆਇਆ। ਮੈਂ ਸਿੱਧਾ ਨਾ ਸੰਗਤ ਦੇ ਵਿੱਚ ਹੀ ਸ਼ਬਦ ਖੋਲਿਆ, ਤੇ ਮੈਂ ਸ਼ਬਦ ਪਹਿਲੀ ਵਾਰੀ ਜਦੋਂ ਸੰਗਤ ਦੇ ਵਿੱਚ ਮੈਂ ਟ੍ਰਾਂਸਲੇਸ਼ਨ ਕਰ ਰਹੀ ਸੀਗੀ, ਅਰਥ ਕਰ ਰਹੀ ਸੀਗੀ, ਉਦੋਂ ਹੀ ਪਤਾ ਲੱਗਾ ਮੈਨੂੰ ਇਹਦਾ ਅਰਥ ਕੀ ਹੈਗਾ ਆ। ਤੇ ਮੈਂ ਪੜ੍ਹ ਰਹੀ ਸੀ ਕਿ ਭਗਤੇ ਤਾਂ ਸੰਸਾਰਿਆ ਕਦੇ ਜੋੜਨਾ ਆਇਆ, ਕਿ ਵਾਹਿਗੁਰੂ ਦੇ ਭਗਤ ਤੇ ਇਹ ਸੰਸਾਰ ਦੇ ਜੀਵਾਂ ਦਾ, ਮਨੁੱਖੀ ਦੇਹਾਂ ਦਾ, ਜਿਹੜੇ ਆਪਣੇ ਮਨ ਦੇ ਪਿੱਛੇ ਲੱਗੇ ਹੋਏ ਨੇ, ਇਹਨਾਂ ਦਾ ਕਦੇ ਜੋੜ ਨਹੀਂ ਆ ਸਕਦਾ, ਕਦੇ ਵੀ ਇਹਨਾਂ ਦੀ ਸੋਚ ਨਹੀਂ ਮਿਲ ਸਕਦੀ, ਕਿਉਂਕਿ ਜਿੱਥੇ ਵਾਹਿਗੁਰੂ ਹੈਗਾ ਹੈ ਉੱਥੇ ਮਾਇਆ ਦੇ ਨਾਲ ਭਰਿਆ ਹੋਇਆ ਸਰੀਰ ਵੀ ਹੈਗਾ, ਮਾਇਆ ਦੇ ਭਰੇ, ਮਾਇਆ ਦੇ ਨਾਲ ਭਰਿਆ ਹੋਇਆ ਮਨੁੱਖ ਵੀ ਹੈਗਾ। ਤੇ ਮਤਲਬ ਨਾ ਪੈਰ ਪੈਰ ਤੇ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਗਾਈਡ ਕੀਤਾ ਹੋਇਆ ਆ, ਜਿਹਦੇ ਕਰਕੇ ਅੱਜ ਜਿਹੜੀ ਦਸਤਾਰ ਦੀ ਦਾਤ ਹੈਗੀ ਆ, ਗੁਰੂ ਪਾਤਸ਼ਾਹ ਜੀ ਨੇ ਮੈਨੂੰ ਉਸ ਨੂੰ ਲੈ ਕੇ ਦ੍ਰਿੜ ਕੀਤਾ ਹੋਇਆ ਆ ਕਿ ਹਾਂ ਪੁੱਤਰ, ਇਹ ਜਿਹੜਾ ਤੇਰਾ ਹੈਗਾ ਆ, ਇਹ ਜਿਹੜੀ ਤੇਰੀ ਕੇਸਰੀ ਹੈਗੀ ਆ, ਜਿਹੜੀ ਤੇਰਾ ਦਮਾਲਾ ਹੈਗਾ ਆ, ਦਮਾਲਾ ਸਾਹਿਬ ਹੈਗਾ ਆ, ਇਹ ਤੇਰਾ ਪੰਜਵਾਂ ਕਕਾਰ ਹੈਗਾ ਆ, ਇਹ ਤੇਰੇ ਸਰੀਰ ਵਾਸਤੇ ਕਿੰਨਾ ਜ਼ਰੂਰੀ ਹੈਗਾ ਆ, ਇਹ ਤੇਰੇ ਜੀਵਨ ਨੂੰ ਸੁਧਾਰਨ ਵਾਸਤੇ ਕਿੰਨਾ ਜ਼ਰੂਰੀ ਹੈਗਾ ਆ, ਇਹ ਤੇਰਾ ਜਿਹੜਾ ਸੁਭਾਅ ਹੈਗਾ ਆ ਚਿੜਚਿੜਾ, ਇਹਨੂੰ ਦੂਰ ਕਰਨ ਵਾਸਤੇ ਕਿੰਨਾ ਜ਼ਰੂਰੀ ਹੈਗਾ ਆ। ਗੁਰੂ ਪਾਤਸ਼ਾਹ ਜੀ ਨੇ ਪੈਰ ਪੈਰ ਤੇ ਗਾਈਡ ਕੀਤਾ ਹੈਗਾ ਆ ਮੈਨੂੰ, ਪੈਰ ਪੈਰ ਤੇ। ਤੇ ਅੱਗੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਹੈਗੀ ਕਿ ਗੁਰੂ ਪਾਤਸ਼ਾਹ ਜੀ ਐਵੇਂ ਸਭ ਨੂੰ ਦ੍ਰਿੜ ਬਣਾਓ, ਤੇ ਜਿਹੜੀਆਂ ਚੀਜ਼ਾਂ ਤੁਸੀਂ ਦੁਨਿਆਵੀ ਦੇਹ ਦੇ ਵਿੱਚ ਸਾਨੂੰ ਫੀਲ ਕਰਾਉਂਦੇ ਹੋ ਨਾ, ਉਹ ਸਾਨੂੰ ਆਪਣੇ ਸ਼ਬਦਾਂ ਦੇ ਥਰੂ, ਆਪਣੀ ਬਾਣੀ ਦੇ ਥਰੂ ਸਾਨੂੰ ਕਲੀਅਰ ਕਰਾਓ।